I love his wife. But I roll kiya. ਸੁਣਿਆ ਅਸੀਂ ਹੱਸ ਰਹੇ ਹਾਂ, ਅਸੀਂ ਸੋਚ ਰਹੇ ਹਾਂ ਕਿ ਇਹ ਫਿਲਮ ਕਾਮੇਡੀ ਹੋਊਗੀ ਜਾਂ ਫਿਰ ਕੋਈ ਸੀਰੀਅਸ ਥ੍ਰਿਲਰ ਟਾਈਪ ਹੋਏਗਾ, ਕਿਉਂਕਿ ਕਾਲੇ ਕੱਛੇ ਵਾਲੇ ਉਸ ਟਾਈਮ ਬਹੁਤ ਮਸ਼ਹੂਰ ਸੀ ਜਿਸ ਟਾਈਮ ਇਹ ਐਕਟਿਵ ਸੀ, ਅਤੇ ਕੀ ਇਹ ਉਹਨਾਂ ਚੋਰਾਂ ਦੇ ਉੱਪਰ ਹੀ ਬੇਸਡ ਹੈ ਫਿਲਮ? ਥੋੜ੍ਹੀ ਬਹੁਤ, ਬਟ ਫਿਲਮ ਤਾਂ ਅਸੀਂ ਬਣਾਉਣੀ ਹੈ, ਸੋ ਓਬਵੀਅਸਲੀ ਵੀ ਐਡ ਆਵਰ ਓਨ ਮਸਾਲਾ ਤਾਂ ਅਸੀਂ ਆਪਣਾ ਤਾਂ ਅਸੀਂ ਵਿੱਚ ਪਾਉਂਦੇ ਹੀ ਹਾਂ, ਬਟ ਇਹਦੇ ਲਈ ਤੁਹਾਨੂੰ ਦੇਖਣੀ ਪਊਗੀ ਫਿਲਮ, ਸੋ ਨੋ ਚੀਟਿੰਗ। ਤੁਸੀਂ ਜ਼ਿਆਦਾ ਸਟੋਰੀ ਨਹੀਂ ਦੱਸੋਗੇ ਸਾਨੂੰ? ਨਹੀਂ ਦੱਸ ਸਕਦੇ, ਸੌਰੀ, ਫਿਰ ਸਰਪ੍ਰਾਈਜ਼ ਖਤਮ ਹੋ ਜਾਂਦਾ। ਠੀਕ ਹੈ, ਪਰ ਹੁਣ ਮੈਨੂੰ ਦੱਸੋ ਕਿ ਫੀਮੇਲ ਕੈਰੈਕਟਰਸ ਬਾਰੇ ਦੱਸੋ। ਕਾਲੇ ਕੱਛੇ ਵਾਲੇ ਸੁਣਨ ਤੋਂ ਲੱਗਦਾ ਹੈ ਕਿ ਇਹ ਮੇਲ ਓਰੀਐਂਟਡ ਫਿਲਮ ਹੋਏਗੀ, ਅਤੇ ਤੁਹਾਡਾ ਇਸ ਦੇ ਵਿੱਚ ਕੀ ਰੋਲ ਹੈ ਅਤੇ ਕਿੰਨਾ ਕੁ ਇੰਪੋਰਟੈਂਟ ਹੈ ਇਸ ਫਿਲਮ ਲਈ? ਆਈ ਮੀਨ ਫੀਮੇਲ ਪ੍ਰੈਜੈਂਸ ਤੋਂ ਬਿਨਾਂ ਤਾਂ ਐਕਚੁਲੀ ਕੋਈ ਫਿਲਮ ਬਣਦੀ ਨਹੀਂ ਹੈਗੀ। ਡਜ਼ਨਟ ਮੈਟਰ ਕਿ ਉਹਨਾਂ ਦਾ ਰੋਲ ਛੋਟਾ ਹੈ ਜਾਂ ਮੇਲ ਡੋਮੀਨੇਟਡ ਫਿਲਮ ਆ। ਇਟਸ ਲਾਈਕ ਦੇ ਸੇ ਨਾ, ਇਟਸ ਅ ਮੈਨਸ ਵਰਲਡ ਬਟ ਇਟਸ ਨਥਿੰਗ ਵਿਦਆਊਟ ਅ ਵੂਮਨ ਔਨ ਬੋਰਡ, ਸੇਮ ਥਿੰਗ। ਸਾਡਾ ਵੀ ਰੋਲ ਬਹੁਤ ਹੀ ਸਿੰਪਲ ਜਿਹਾ ਆ, ਜਿੱਦਾਂ ਤੁਸੀਂ ਕਿਹਾ ਫਸਟ ਟਾਈਮ ਮੈਂ ਇੱਦਾਂ ਦਾ ਰੋਲ ਕਰ ਰਹੀ ਹਾਂ, ਐਂਡ ਇਟਸ ਐਕਚੁਲੀ ਵੈਰੀ ਕਲੋਜ਼ ਟੂ ਮਾਈ ਹਾਰਟ, ਕਿਉਂਕਿ ਮੈਂ ਐਕਚੁਅਲ ਰੀਅਲ ਲਾਈਫ ਵਿੱਚ ਇਨ ਮਾਈ ਹਾਰਟ ਆਈ ਐਮ ਲਾਈਕ ਦਿਸ। ਓਕੇ, ਸੋ ਐਂਡ ਆਈ ਥਿੰਕ ਫਿਲਮ ਵੀ ਇੱਦਾਂ ਹੀ ਆ, ਐਂਡ ਜਿਹੜੇ ਬਾਕੀ ਦੇ ਫੀਮੇਲ ਕੈਰੈਕਟਰਸ ਉਹਨਾਂ ਨੂੰ ਬਹੁਤ ਬਿਊਟੀਫੁਲੀ, ਜਿੱਦਾਂ ਟਾਊਨ, ਜਿੰਨਾ ਬਿਊਟੀਫੁਲ ਟਾਊਨ ਹੈ, ਪਿੰਡ ਆ ਤਾਂ ਇਹ ਜਗ੍ਹਾ ਆ, ਉਨਾ ਹੀ ਬਿਊਟੀਫੁਲ ਉਹਨਾਂ ਨੇ ਫੀਮੇਲ ਕੈਰੈਕਟਰਸ ਰੱਖੇ ਆ, ਸਟਲ, ਸੋਫਟ ਬਟ ਇੰਪੈਕਟਫੁਲ। ਤਾਂ ਤੁਸੀਂ ਦੇਖਿਓ ਇਸ ਫਿਲਮ ਵਿੱਚ ਐਕਚੁਲੀ ਇੰਟਰਸਟਿੰਗ ਫੀਮੇਲ ਕੈਰੈਕਟਰਸ ਦੇ ਹਾਈਟਸ, ਟਵਿਸਟਸ ਥੋੜ੍ਹੀ ਜਿਹੀ ਆਉਂਦੀਆਂ ਤਾਂ ਤੁਸੀਂ ਦੇਖ ਲਈ। ਓਕੇ, ਤੁਹਾਡੇ ਕੈਰੈਕਟਰ ਦਾ ਨਾਮ ਕੀ ਹੈ? ਪੰਮੀ। ਪੰਮੀ, ਹਾਂਜੀ। ਅੱਛਾ, ਤੇ ਤੁਸੀਂ ਰਣਜੀਤ ਬਾਵਾ ਦੇ ਆਪੋਜ਼ਿਟ ਹੋ? ਹਾਂਜੀ ਹਾਂਜੀ। ਸੋ ਲਵ ਸਟੋਰੀ ਵੀ ਹੋਏਗੀ ਇਸ ਫਿਲਮ ਦੇ ਵਿੱਚ? ਆਫ ਕੋਰਸ, ਲਵ ਸਟੋਰੀ ਤੋਂ ਬਿਨਾਂ ਫਿਲਮ ਹੀ ਨਹੀਂ ਬਣਦੀ। ਜ਼ਿਆਦਾ ਕਾਮੇਡੀ ਹੈ ਕਿ ਲਵ ਸਟੋਰੀ ਹੈ? ਇਟਸ ਅ ਮਿਕਸ, ਇਟਸ ਅ ਮਿਕਸ, ਤਾਂ ਉਹ ਦੋਨੋਂ ਹੈਂਡ ਇਨ ਹੈਂਡ ਜਾਂਦੇ ਆ। ਹੈਂਡ ਇਨ ਹੈਂਡ ਜਾਂਦੇ ਨਾ। ਇਟਸ ਅ ਨਾਈਸ ਸਿੰਪਲ ਸਟੋਰੀ ਜਿਹਦਾ ਨਾਈਸ ਮੋਰਲ ਮੈਸੇਜ ਵੀ ਆ, ਇਫ ਯੂ ਟੇਕ ਇਟ ਇਨ ਦੈਟ ਵੇ। ਪਰ ਯਾ, ਲਵ ਸਟੋਰੀ ਇਜ਼ ਆਲਸੋ ਵੈਰੀ ਸਵੀਟ, ਕਾਮੇਡੀ ਵੀ ਆ। ਆਈ ਲਾਈਕ ਦ ਫਿਲਮ, ਆਈ ਕਾਂਟ ਵੇਟ ਟੂ ਵਾਚ ਇਟ। ਓਕੇ ਓਕੇ। ਸਪਨਾ, ਤੁਸੀਂ ਇੱਕ ਰੈਗੂਲਰ ਫੇਸ ਬਣਦੇ ਜਾ ਰਹੇ ਹੋ ਗਿੱਪੀ ਗਰੇਵਾਲ ਹੁਣਾਂ ਦੀਆਂ ਫਿਲਮਾਂ ਦੇ ਵਿੱਚ, ਜਿਹੜੀ ਵੀ ਫਿਲਮ ਉਹ ਅੱਜ ਕੱਲ੍ਹ ਪ੍ਰੋਡਿਊਸ ਕਰ ਰਹੇ ਨੇ, ਚਾਹੇ ਅਰਦਾਸ ਕਰਾਂ ਸੀ ਹੁਣੇ ਪਿੱਛੇ ਜੇ, ਫਿਰ ਅਸੀਂ ਮਰ ਗਏ ਲੋਕੋ ਵਿੱਚ ਵੀ ਤੁਹਾਨੂੰ ਵੇਖਿਆ ਸੀ। ਸੋ ਜਦੋਂ ਗਿੱਪੀ ਗਰੇਵਾਲ ਤੁਹਾਡੇ ਸਾਹਮਣੇ ਸਕ੍ਰਿਪਟ ਲੈ ਕੇ ਆਉਂਦੇ ਨੇ, ਤਾਂ ਆਟੋਮੈਟਿਕਲੀ ਹਾਂ ਹੁੰਦੀ ਹੈ? ਤੁਸੀਂ ਸਕ੍ਰਿਪਟ ਪੜ੍ਹਦੇ ਵੀ ਹੋ? ਆਟੋਮੈਟਿਕਲੀ ਐਕਚੁਲੀ ਹਾਂ ਹੁੰਦੀ ਆ, ਐਕਚੁਲੀ ਹੁਣ ਫੈਮਿਲੀ ਦੀ ਤਰ੍ਹਾਂ ਬਣ ਗਿਆ, ਯੂ ਨੋ, ਐਂਡ ਇਹ ਜਿਹਦੇ ਨਾਲ ਵੀ ਤੁਸੀਂ ਕੰਮ ਕਰਦੇ ਆ ਰੈਗੂਲਰਲੀ ਹੋ ਹੀ ਜਾਂਦਾ, ਲਾਈਕ ਇਨ ਐਨ ਆਫਿਸ ਇਜ਼ ਵੈਲ, ਜਿੱਦਾਂ ਤੁਸੀਂ ਰੋਜ਼ ਮਿਲਦੇ ਤਾਂ ਤੁਸੀਂ ਕੰਫਰਟੇਬਲ ਹੋ ਜਾਂਦੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਹੰਬਲ ਮੋਸ਼ਨ ਪਿਕਚਰਸ ਨਾਲ ਕੰਮ ਕਰਨਾ। ਹੁਣ ਜਦੋਂ ਵੀ ਆਉਂਦੇ ਤਾਂ ਹਾਏ, ਹੈਲੋ ਹੈਲੋ, ਹਾਓ ਆਰ ਯੂ, ਹਾਓ ਇਟਸ ਇਟਸ ਵੈਰੀ ਕੰਫਰਟੇਬਲ। ਬਟ ਸਕ੍ਰਿਪਟ ਹੁਣ ਮੈਨੂੰ ਦਿੰਦੇ ਆ ਪੜ੍ਹਨ ਨੂੰ, ਸੋ ਆਈ ਨਾਓ ਆਈ ਲਾਈਕ ਟੂ ਗੈਟ ਇਨਵੋਲਵਡ, ਐਂਡ ਨਾਓ ਹੀ ਦੇ ਲੈਟਿੰਗ ਮੀ ਆਲਸੋ, ਹੁਣ ਉਹ ਟਰੱਸਟ ਵੀ ਬਣ ਗਿਆ। ਸੋ ਥੈਂਕ ਯੂ ਕਿਪੀ, ਯੂ ਆਰ ਦ ਬੈਸਟ। ਬਟ ਵਾਈ ਇਜ਼ ਹੀ ਦ ਬੈਸਟ? ਟੈਲ ਮੀ ਥਰੀ ਰੀਜ਼ਨਸ। ਹੀ ਇਜ਼ ਅ ਵਰਕਾਹੋਲਿਕ, ਲਾਈਕ ਆਈ ਸੈਡ, ਇਟਸ ਅ ਮੈਨਸ ਵਰਲਡ ਬਟ ਦਿਸ ਇਜ਼ ਨਥਿੰਗ ਵਿਦਆਊਟ ਅ ਵੂਮਨ ਔਨ ਬੋਰਡ। ਆਈ ਲਵ ਹਿਸ ਵਾਈਫ ਐਸ ਵੈਲ, ਐਸ ਵੈਲ। Ravneet, this is for you. She is amazing. Okay. She is a great support system and pillar for Humble Motion Pictures. I think so. And every time I, jadvi main aayi ha, ta Ravneet ma'am hunde ha. Ona da support mainu bahut badhiya lagda hai. And she's also very talented. So sorry Gippy, this one is one for you, one for Ravneet, and you can have another one. He's a very very talented man. Yeah, he's a talented director, producer, he's actor. He's a maverick. Yeah. One is Maverick, Ravneet. what is the other one? We just... Workaholic. Yeah, okay. And Sapna, is film de vich gaane vi tuhanu dasse hone, kis type de gaane hone hai is film de vich, kuch dass sakde ho? Te tuhada koi dance number dekhan nu milega? Haje pata nahi. Haje nahi dassya. But I mean ho sakda, but jehda music hai is film da, oh bahut hi
अगेन फिल्म दे थीम नाल जांदा है बहुत ही रॉ है तो आई थिंक जिहड़ा भी म्यूजिक मैं हद तक सुनिया तो असीं शूट किया है उहदी इंस्ट्रूमेंट्स दा साउंड बहुत ही इंटरेस्टिंग है थोड़ा जिहा डिफरेंट करके साउंड्स थोड़े जिहे अलग ने जिद्दां फिल्म है सो आई होप यू लाइक इट माई काइंड ऑफ म्यूजिक ऑल्सो ओके ओके एंड सपना टेल मी व्हाट डू यू डू अदर अपार्ट फ्रॉम एक्टिंग थोड़े होर की हॉबीज ने पैशनस ने एक्टिविटीज़ रहिंदियां ने तुसीं यूके तो हो ना हाँ जी बेसिकली तो जदों इत्थों इंडिया तो शूट खत्म हो जाता है वापस घर जाते हो की चीज़ों में इनवॉल्व रहिंदे हो एक्चुअली हुण तो शाश्वत असीं बिजी रहिंदे आ इंडिया असीं इत्थे हुंदे जां बॉम्बे च हुंदे आ सो घर जाण नूं इन्ना टाइम नहीं मिलता पर मैं हुण जांदी रहिंदी आ बट व्हाट डू आई लाइक टू डू आई लाइक टू गेट अवे मैं सोलो ट्रैवल काफ़ी करती हाँ अच्छा जदों भी मेरा दिल किया मैप ते फिंगर रखी कि अच्छा मेरे को चार दिन है चल मैं भज जाती हाँ जल्दी हाँ तो आई लाइक टू ट्रैवल कल्ला नहीं कभी फील होता सोलो ट्रैवल नहीं जो ओके दिस इज ऑल्सो सेफ्टी टिप मैं उत्थे जाती हूँ जिथे मेरा कोई वाकफ भी होंगे सो इट्स अ सोलो बट यू आर सेफ एट द सेम टाइम बट मैं टाइम लग गया टू स्टार्ट डूइंग दीज थिंग्स तो मैं योगा भी करती हूँ तो मैं योगा रिट्रीट पर भी जाती रहनी हाँ खास करके गोवा अ लॉट ऑफ पीपल नो मी फ्रॉम माई सोशल मीडिया टू बी अ गोवा जंकी एंड आई कीप गोइंग देयर बट या आई एम अ बीच बम सो जदों भी मैं फ्री होंगी मैं I prefer to go to hot places and beaches. Okay, okay. And Sapna, jay tusi actor na hunde ki hunde? Actually, I was in private equity sales before this. I was in private equity. Okay. Shayad actually main government ya governance hundi kyunki I have a public policy degree background. Oh. Maybe. One intellectual actress we have. I don't know. When Brexit hua tha, shayad maybe I would have not had my job right now. So I don't know. Anything, probably something in management or business or economics. Yes. Okay. Okay. Thank you so much for talking Thank to you. us. And saadi puri team itthe aayi, inhane saada bada changa welcome kita. Thanks a lot, Sapna. Thank and you. Wish you all the best.